ओ मामा मुंह चक के खिची ना अगे नाका लगा और रोक 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 सत श्री अकाल जनाब जी सत श्री अकाल कागज कटो जनाब अभी तो मड़ा बाजार चले सके बटुआ घरे रह गया सारे कागज बटुए की सी व्हाट्सएप ते मंगा ला फोटो भाई यार सच्ची दसा मैं बनाई ही नहीं है चल मैं करता साहब ना गल फस गया जी सर साहब हाँ जी नवे जे पट्ठे आए है नहीं इन्हों को देखने तो पढ़े लिखे जे लगते इन्होंने कि गलत काम करना छड़ दे मैं तो कहना कर दी ठीक है जी ਉਹਦਾ ਤੁਰਿਆ ਫੜਕਾ ਹੋਰ ਵੀ ਉਹਨੂੰ ਫੜਾ ਕੰਮ ਨਿਬੇੜੀ ਆ ਜਨਾਬ ਆ ਚੱਕ ਹੋਰ ਵੀ ਉਹ ਜਨਾਬ ਲੈ ਲਓ ਜੀ ਉਹ ਇਹਦਾ ਸਟੂਡੈਂਟ ਆ ਜਨਾਬ ਜਾਣ ਦੋ ਜੀ ਜਾਣ ਦੋ ਜੀ ਜਾਣ ਦੋ ਜੀ ਚੱਲ 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 ਖੇਜੇ ਖੇਜੇ ਹਾਂ ਬੱਲੇ ਗੋਲਡੀ ਬਾਈ ਉਹ ਹਾਂ ਵੀ ਮੁੰਡਿਓ ਕਿੱਦਾਂ ਠੀਕ ਠਾਕ ਹੋ ਵਧੀਆ ਵਧੀਆ ਠੀਕ ਠਾਕ ਕਿੱਧਰੋਂ ਗੇੜੀ ਕੱਢੇ ਆਂਦੀ ਉਹ ਭਾਜੀ ਇੱਧਰ ਹੀ ਆਉਂਦੇ ਹੀ ਬਸ ਆ ਰਾਹ 'ਚ ਤੁਹਾਡੇ ਮੁਲਾਜ਼ਮਾਂ ਨੇ ਘੇਰ ਲਿਆ ਕਾਗਜ਼ ਹੈ ਨਹੀਂ ਸੀ ਉਹ ਭਾਜੀ ਕਾਗਜ਼ ਕਿੱਥੇ ਸੀਗੇ ਫੇਰ ਕਿੱਦਾਂ ਛੱਡਤਾ ਪੁਲਿਸ ਨੇ ਛੱਡਣਾ ਹੀ ਪੈਣਾ ਹੈ 20 ਰੁਪਿਆ 100 ਦਿੱਤਾ ਨਿਕਲ ਆਏ ਅਸੀਂ ਮੁਲਾਜ਼ਮਾਂ ਨੇ ਮੰਗੇ ਪੈਸੇ ਤੇਰੇ ਤੋਂ ਉਹ ਨਾ ਨਾ ਬਾਈ ਮੰਗੇ ਕਿਉਂ ਅਸੀਂ ਆਪ ਹੀ ਧੱਕੇ ਨਾਲ ਦੇਤੇ ਜੇ ਨਾ ਦਿੰਦੇ ਚਲਾਨ ਕੱਟਣਾ ਹੀ ਫੇਰ ਸਾਡਾ 2000 ਲੱਗਣਾ ਹੈ ਕਿੱਥੇ ਸੋਚ ਸਰ ਗਿਆ ਵਰਨ ਵੀਰੇ ਇੱਕ ਗੱਲ ਕਰਾਂ ਤੇਰੇ ਨਾਲ ਗੁੱਸਾ ਤਾਂ ਨਹੀਂ ਕਰੇਗਾ ਅੱਲਾ ਦੱਸ ਵੱਡੇ ਬਾਈ ਤੁਹਾਡਾ ਕਦਾ ਗੁੱਸਾ ਹੁਣ ਤੱਕ ਕਿੰਨੇ ਕੁ ਪੁਲਿਸ ਨੂੰ ਕਿੰਨੇ ਕੁ ਨਾਕਿਆਂ ਤੇ ਕਿੰਨੇ ਕੁ ਪੈਸੇ ਦੇ ਚੁੱਕੇ ਬਾਈ ਕਦੇ ਹਿਸਾਬ ਕਿਤਾਬ ਹੀ ਨਹੀਂ ਲਾਇਆ ਮੈਂ ਤਾਂ ਅੱਜ ਤੱਕ ਜਦੋਂ ਵੀ ਪੁਲਿਸ ਨੇ ਘੇਰਿਆ ਆਈ 2400 ਦੇ ਕੇ ਨਿਕਲਿਆ ਹੁਣ ਬਾਈ ਜਿੰਨੇ ਪੈਸੇ ਤੂੰ ਹੁਣ ਤੱਕ ਦਿੱਤੇ ਨਾ ਜੇ ਇੰਨੇ ਪੈਸਿਆਂ ਦੇ ਤੂੰ ਆਪਣੇ ਕਾਗਜ਼ ਬਣਾਏ ਹੁੰਦੇ ਤਾਂ ਤੈਨੂੰ ਉੱਥੇ ਨਮੋਸ਼ੀ ਦਾ ਸਾਹਮਣਾ ਕਰਨਾ ਨਾ ਪੈਂਦਾ ਉਹੀ ਡਾਕੂਮੈਂਟਸ ਦਿਖਾ ਕੇ ਪੁਲਿਸ ਨੂੰ ਤੂੰ ਬੜੇ ਆਰਾਮ ਨਾਲ ਘਰ ਨੂੰ ਜਾ ਸਕਦਾ ਸੀ ਦੂਜੀ ਗੱਲ ਇਹ ਤੇਰੇ ਦੱਸਣ ਮੁਤਾਬਕ ਤੂੰ ਇਹ ਗੱਲ ਕਹਿਣਾ ਵੀ ਪੁਲਿਸ ਨੇ ਮੇਰੇ ਤੋਂ ਪੈਸੇ ਨਹੀਂ ਸੀ ਮੰਗੇ ਮੈਂ ਆਪ ਪੁਲਿਸ ਨੂੰ ਪੈਸੇ ਦਿੱਤੇ ਹਾਂਜੀ ਬਾਈ ਇੱਥੇ ਦੱਸ ਗਲਤ ਕੌਣ ਬਾਈ ਗਲਤੀ ਤਾਂ ਮੇਰੀ ਹੋਈ ਆ ਇੱਥੋਂ ਜਾਂਦੇ ਹੋਏ ਨੇ ਤੂੰ ਅੱਧਿਆਂ ਨੂੰ ਦੱਸਣਾ ਜਾ ਕੇ ਵੀ ਮੈਂ ਪੁਲਿਸ ਨੂੰ ਪੈਸੇ ਦਿੱਤੇ ਆ ਬਦਨਾਮੀ ਪੁਲਿਸ ਨੂੰ ਦੇਣੀ ਆ ਹਾਲਾਂਕਿ ਇੱਥੇ ਗਲਤ ਤੂੰ ਆਪ ਆ ਵਰਨ ਸਹੀ ਗੱਲ ਮੰਨਦਾ ਮੈਂ ਇਸ ਚੀਜ਼ ਨੂੰ ਤੇ ਕਿਉਂ ਨਾ ਅਸੀਂ ਸੁਚੇਤ ਹੋਈਏ ਆਪਣੇ ਡਾਕੂਮੈਂਟਸ ਪੂਰੇ ਰੱਖੀਏ ਜਿੱਥੇ ਸਾਨੂੰ ਪੁਲਿਸ ਰੋਕਦੀ ਹੈ ਉੱਥੇ ਰੁਕੀਏ ਔਰ ਅਦਬ ਨਾਲ ਆਪਣੇ ਕਾਗਜ਼ ਦਿਖਾ ਕੇ ਅਸੀਂ ਨਾਕੇ ਤੋਂ ਆਪਣਾ ਜਾ ਸਕਦੇ ਹਾਂ ਬਾਈ ਯਾਰ ਤੁਸੀਂ ਤਾਂ ਅੱਜ ਮੇਰੀਆਂ ਅੱਖਾਂ ਖੋਲਤੀਆਂ ਪਤਾ ਨਹੀਂ ਮੇਰੇ ਵਰਗੇ ਹੋਰ ਕਿੰਨੇ ਲੋਕ ਹਰ ਰੋਜ਼ ਐਵੇਂ ਪੁਲਿਸ ਨਾਲ ਕਰਦੇ ਆ ਪਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਮੈਂ ਅੱਜ ਤੋਂ ਬਾਅਦ ਇਹ ਗਲਤੀ ਕਦੇ ਨਹੀਂ ਕਰੂੰਗਾ ਮੈਂ ਅੱਜ ਹੀ ਜਾ ਕੇ ਆਪਦੇ ਸਾਰੇ ਡਾਕੂਮੈਂਟ ਅਪਲਾਈ ਕਰਦਾ ਤੇ ਅੱਗੇ ਤੋਂ ਜਦ ਵੀ ਮੈਨੂੰ ਕਦੇ ਪੁਲਿਸ ਰੋਕੂਗੀ ਤਾਂ ਮੈਂ ਆਪਦੇ ਸਾਰੇ ਡਾਕੂਮੈਂਟ ਆਪਦੇ ਕੋਲ ਰੱਖੂੰਗਾ ਤੇ ਉਹਨਾਂ ਨੂੰ ਦਿਖਾਊਂਗਾ ਉਹ ਆਪਾਂ ਰਲ ਕੇ ਜੇ ਇੱਕ ਪ੍ਰਣ ਕਰੀਏ ਪੁਲਿਸ ਦੇ ਨਾਲ ਕੋਆਪਰੇਟ ਕਰੀਏ ਪੁਲਿਸ ਨੂੰ ਪਿਆਰ ਕਰੀਏ ਪੁਲਿਸ ਨੂੰ ਹਮੇਸ਼ਾ ਸੱਚੇ ਤਲਾ ਦਈਏ ਤੇ ਆਪਣੇ ਡਾਕੂਮੈਂਟ ਜਿਹੜੇ ਪੂਰੇ ਰੱਖੀਏ ਕਿ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਦ ਸਾਡਾ ਵੀਡੀਓ ਬਣਾਉਣ ਦਾ ਮਕਸਦ ਉਹ ਪੂਰਾ ਹੋ ਜਾਏ ਤਾਂ ਜੋ ਇਹ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਧੰਨਵਾਦ